ਇਹ ਰੌਣਕ ਰਲਾਉਣ ਦੀਆਂ ਤਸਵੀਰਾਂ ਜਲੰਧਰ ਦੇ ਮੋਹਨ ਵਿਹਾਰ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਘਰ ਵਾਲਿਆਂ ਦਾ ਰੋ ਰੋ ਉਸ ਵੇਲੇ ਬੁਰਾ ਹਾਲ ਹੋ ਗਿਆ ਜਦੋਂ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਗਲੇ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੂਚਨਾ ਮਿਲਦੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ASI ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਬੇਅੰਤ ਨਗਰ ਦਾ ਰਹਿਣ ਵਾਲਾ ਸੀ ਜਿਸ ਦੀ ਜੇਬ ਦੇ ਵਿੱਚੋਂ ਮਿਲੇ ਆਧਾਰ ਕਾਰਡ ਰਾਹੀਂ ਉਸ ਦੀ ਪਹਿਚਾਣ ਹੋ ਸਕੀ ਹੈ ਜਿਸ ਦੇ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਨੇ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਮਾਮਲਾ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀ ਵੀ ਜਦੋਂ ਕਿਸੇ ਨੇ ਫਾਲ ਲੈ ਲਿਆ ਦਰਖਤ ਨਾਲ ਲਟ ਕੇ ਮੱਲਾ ਮੋਹਨ ਵਿਹਾਰ ਚ ਅਸੀਂ ਉੱਥੇ ਮੌਕੇ ਤੇ ਪੁੱਜੇ ਆ ਜਾ ਕੇ ਦੇਖਿਆ ਵੀ ਇੱਕ ਵਿਅਕਤੀ ਜਿਹੜਾ ਰੱਸੀ ਪਾ ਕੇ ਤਾਂ ਗਲੇ 'ਚ ਤਾਂ ਲਟਕ ਰਿਹਾ ਸੀਗਾ ਜੋ ਅਸੀਂ ਉਹਨੂੰ ਉਤਾਰ ਕੇ ਤਾਂ ਇਹਦੇ ਘਰਦਿਆਂ ਦਾ ਪਤਾ ਕੀਤਾ ਤੋ ਇਹਦੇ ਲਾਗੇ ਬੇਅੰਤ ਨਗਰ ਮੁਹੱਲੇ 'ਚ ਰਹਿਣ ਵਾਲਾ ਇਹ ਪਾਇਆ ਗਿਆ ਇਹਦੇ ਜੇਬ 'ਚ ਆਧਾਰ ਕਾਰਡ ਮਿਲਿਆ ਸੀ ਉਹਦੇ ਆਧਾਰ 'ਤੇ ਅਸੀਂ ਇਹਨੂੰ ਇਹਨਾਂ ਦੇ ਘਰਦਿਆਂ ਨੂੰ ਤਾਂ ਲੜਕਿਆਂ ਨੂੰ ਬੁਲਾਇਆ ਇਹਦੀ ਉਮਰ 52-53 ਸਾਲ ਦੇ ਕਰੀਬ ਹੈਗੀ ਆ ਪਲੰਬਰ ਦਾ ਕੰਮ ਕਰਦਾ ਸੀ ਸਵੇਰੇ ਘਰੋਂ ਰੋਟੀ ਲੈ ਕੇ ਇਹਦਾ ਕੰਮ 'ਤੇ ਆਇਆ ਕਾਰਨ ਪਤਾ ਲੱਗਾ ਜੀ ਸੁਸਾਈਡ ਦਾ ਕਾਰਨ ਅਜੇ ਕੋਈ ਪਤਾ ਨਹੀਂ ਲੱਗਾ ਇਹਨਾਂ ਦੇ ਘਰ ਦੇ ਬੁਲਾਏ ਆ ਪੁੱਛੇ ਸੀਗੇ ਕਰਦੇ 174 ਕਾਰਵਾਈ ਕੀਤੀ ਜਾ ਰਹੀ ਆ ਜੋ ਬਿਆਨ ਲਿਖਾਉਣਗੇ ਦੇ ਦਿੱਤੀ ਗੱਲ ਕੀ ਨਾਮ ਜੀ ਆਪਣਾ ਇਸੇ ਰਵਿੰਦਰ ਸਿੰਘ ਕਿਹੜਾ ਥਾਂ ਜੀ ਥਾਣਾ ਰਾਮਾਮੰਡੀ ਜਲੰਧਰ ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ ਵੀ ਐਟ GNA ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ ਏਵਰੀਵਨ ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਇਨਕਰੇਜ ਥੌਟ ਲੀਡਰਸ਼ਿਪ We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.